ਹੁਣ ਆਪਾਂ ਥੋੜ੍ਹੀ ਗੱਲ ਕਰਦੇ ਹਾਂ ਆਮੇਰ ਪੈਲੇਸ ਦੀ ਹਿਸਟਰੀ ਬਾਰੇ। ਆਮੇਰ ਪੈਲੇਸ ਦਾ ਨਿਰਮਾਣ 1589 ਦੇ ਵਿੱਚ ਰਾਜਾ ਸਵਾਈ ਮਾਨ ਸਿੰਘ ਦੁਆਰਾ ਸ਼ੁਰੂ ਕੀਤਾ ਗਿਆ ਸੀ ਅਤੇ 137 ਸਾਲ ਲੱਗੇ ਸੀ ਇਸ ਆਲੀਸ਼ਾਨ ਕਿਲ੍ਹੇ ਨੂੰ ਬਣਾਉਣ ਦੇ ਲਈ। ਤਿੰਨ ਰਾਜਿਆਂ ਨੇ ਕੰਟਰੀਬਿਊਟ ਕੀਤਾ ਸੀ ਅਤੇ ਇਹ ਤੋਂ ਪਹਿਲਾਂ ਜਿਹੜੇ ਰਾਜੇ ਸੀਗੇ ਰਾਜਾ ਭਾਰਮਲ ਤਾਂ ਉਹਨਾਂ ਨੇ ਆਮੇਰ ਵਿਲੇਜ ਦੀ ਸਥਾਪਨਾ ਕੀਤੀ ਸੀ। ਸਾਰਿਆਂ ਨੂੰ ਪਹਿਲਾਂ ਇਹ ਮਾਨ ਸਿੰਘ ਜੀ ਨੇ ਪਹਿਲੇ ਸਾਰਿਆਂ ਨੂੰ ਪਹਿਲਾਂ ਜੀ ਇੱਕ ਪਿੰਡ ਬਣਿਆ ਹੋਇਆ ਆ, ਇਸ ਪਿੰਡ ਤੋਂ ਬਾਅਦ ਆ ਜਿਹੜਾ ਆਪਾਂ ਕਿਲ੍ਹਾ ਦੇਖਿਆ ਪਿੱਛੇ, ਫਿਰ ਇਹ ਕਿਲ੍ਹਾ ਬਣਾਇਆ ਸੀ। ਤੇ ਤੁਸੀਂ ਇੱਕ ਗੱਲ ਹੋਰ ਦੇਖੋ, ਇੱਥੇ ਨਾ ਮੀਰਾ ਮੰਦਿਰ ਆ, ਜਿਹੜੀ ਮੰਦਿਰ ਬਹੁਤ ਜ਼ਿਆਦਾ ਬਣੇ ਹੋਏ ਨੇ, ਪੁਰਾਣੇ ਮੰਦਿਰ ਨੇ, ਕੋ ਸਾਹਮਣੇ ਤੁਸੀਂ ਮੰਦਿਰ ਦੇਖ ਸਕਦੇ ਹੋ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਫਿਰ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਨਾ ਮੀਨਾ ਕੁੰਡ ਅਤੇ ਜਲ ਮਹਿਲ ਨੂੰ ਦੇਖਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਇਹ ਹੈ ਜੀ ਪੰਨਾ ਮੀਨਾ ਕੁੰਡ ਦੀ ਐਂਟਰੈਂਸ, ਐਂਟਰੈਂਸ 'ਤੇ ਅਸੀਂ ਸ਼ੋਪ ਦੇਖ ਸਕਦੇ ਹੋ, ਜੇਕਰ ਅਸੀਂ ਉੱਥੇ ਫੋਟੋ ਕਲਿੱਕ ਕਰਾਉਣੀ ਹੋਵੇ ਉਹ ਵੀ ਕਰਵਾ ਸਕਦੇ ਹੋ। ਇੱਥੋਂ ਜੇਕਰ ਤੁਸੀਂ ਕੁਝ ਖਰੀਦਣਾ ਹੋਵੇ ਹੋਮ ਡੈਕੋਰ ਵਾਸਤੇ ਜਾਂ ਫਿਰ ਤੁਹਾਡੇ ਲਈ ਅਸੀਂ ਖਰੀਦ ਸਕਦੇ ਹਾਂ ਜੀ, ਇਹਨਾਂ ਦੀ ਸ਼ੋਪ ਹੈ। ਹੁਣ ਆਪਾਂ ਆਏ ਹਾਂ ਜੀ ਪੰਨਾ ਮੀਨਾ ਕੁੰਡ। ਇਹ ਉੱਥੇ ਆਪਾਂ ਲਈ ਹੈ ਰਾਜਸਥਾਨੀ ਕੈਬ। ਹੁਣ ਆਪਾਂ ਦੇਖ ਰਹੇ ਹਾਂ ਜੀ ਪੰਨਾ ਮੀਨਾ ਕੁੰਡ। ਕੁੰਡ ਦਾ ਮਤਲਬ ਹੁੰਦਾ ਰਿਜ਼ਰਵਾਇਰ, ਮੀਨਸ ਇੱਥੇ ਪਾਣੀ ਸਟੋਰ ਕੀਤਾ ਜਾਂਦਾ ਸੀ ਅਤੇ ਪੁਰਾਣੇ ਸਮੇਂ ਤੋਂ ਹੀ ਬਣਿਆ ਹੋਇਆ। ਜਿਹੜਾ ਤੁਸੀਂ ਆਸ ਪਾਸ ਪਿੰਡ ਦੇਖ ਸਕਦੇ ਹੋ, ਜਿਹੜੇ ਵੀ ਘਰ ਨੇ ਇਹ ਸਾਰੇ ਪੁਰਾਣੇ ਟਾਈਮ ਦੇ ਬਣੇ ਹੋਏ ਨੇ। ਜਦੋਂ ਇਹ ਪਿੰਡ ਸਥਾਪਿਤ ਕੀਤਾ ਗਿਆ ਸੀ, ਜਦੋਂ ਆਪਾਂ ਆਮੇਰ ਫੋਰਟ ਦਾ ਇਤਿਹਾਸ ਸੁਣਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਆਮੇਰ ਫੋਰਟ ਤੋਂ ਬਣਾਉਣ ਤੋਂ ਪਹਿਲਾਂ ਹੀ ਇਹ ਪਿੰਡ ਦਾ ਨਿਰਮਾਣ ਹੋ ਚੁੱਕਿਆ ਸੀ, ਮਤਲਬ ਇਹ ਪਿੰਡ ਉਸ ਸਮੇਂ ਵਸਿਆ ਹੋਇਆ ਸੀ। ਸਾਹਮਣੇ ਤੁਸੀਂ ਪ੍ਰਾਚੀਨ ਮੰਦਿਰ ਦੇਖ ਸਕਦੇ ਹੋ ਅਤੇ ਇਹ ਹੈ ਜੀ ਪੰਨਾ ਮੀਨਾ ਕੁੰਡ। ਕਾਫੀ ਸਟੈਪਸ ਨੇ ਇਹਦੇ ਵਿੱਚ ਅਤੇ ਥੱਲੇ ਅਸੀਂ ਪਾਣੀ ਦਾ ਕੁੰਡ ਦੇਖ ਸਕਦੇ ਹੋ। ਕਾਫੀ ਟੂਰਿਸਟ ਇੱਥੇ ਆਉਂਦੇ ਨੇ, ਪਰ ਜਿੰਨੀ ਜ਼ਿਆਦਾ ਆਮੇਰ ਫੋਰਟ ਜਾਂ ਜੈਗੜ ਫੋਰਟ ਨੂੰ ਟੂਰਿਸਟ ਆਉਂਦੇ ਨੇ ਉਨੇ ਜ਼ਿਆਦਾ ਇੱਥੇ ਨਹੀਂ ਆਉਂਦੇ, ਤਾਂ ਕਾਫੀ ਟਾਈਮ ਤੁਸੀਂ ਰਿਲੈਕਸ ਕਰਨਾ ਹੋਵੇ ਇਸ ਜਗ੍ਹਾ 'ਤੇ ਕਰ ਸਕਦੇ ਹੋ। ਇੱਥੇ ਇੱਕ ਆਪਾਂ ਇੰਟਰਸਟਿੰਗ ਚੀਜ਼ ਵੀ ਦੇਖ ਸਕਦੇ ਹਾਂ, ਤੁਸੀਂ ਸਟੈਪਸ ਦੇਖ ਸਕਦੇ ਹੋ, ਪੌੜੀਆਂ ਕਿੰਨੇ ਸੋਹਣੇ ਆ ਅਤੇ ਬਿਨਾਂ ਕਿਸੇ ਸਪੋਰਟ ਤੋਂ ਨੇ, ਵੈਸੇ ਸਾਈਡ ਤੋਂ ਇਹਨਾਂ ਨੂੰ ਵਾਲ ਦੇ ਨਾਲ ਸਪੋਰਟ ਕੀਤਾ ਗਿਆ, ਵੈਸੇ ਦੇਖਣ ਨੂੰ ਬਹੁਤ ਹੀ ਸੋਹਣੇ ਲੱਗਦੀਆਂ ਨੇ ਐਜ਼ ਦਾ ਓਲਡ ਆਰਕੀਟੈਕਚਰ। ਪਹਿਲਾਂ ਜੈਪੁਰ ਦੇ ਰਾਜੇ ਮਹਾਰਾਜੇ ਸਿਟੀ ਪੈਲੇਸ ਦੇ ਵਿੱਚ ਰਹਿੰਦੇ ਸਨ। ਇਹ ਸਿਟੀ ਪੈਲੇਸ ਦਾ ਗੇਟ ਬਣਾਇਆ ਹੋਇਆ ਅਤੇ ਰਾਜੇ ਦੀ ਐਂਟਰੈਂਸ ਨੂੰ ਦਿਖਾਇਆ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਅੱਗੇ ਬਿਗੁਲ ਵੱਜ ਰਿਹਾ, ਫਿਰ ਰਾਜਾ ਜੀ ਆ ਰਹੇ ਨੇ ਤੇ ਪਿੱਛੇ ਢੋਲ ਨਗਾਰੇ ਵੱਜ ਰਹੇ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਰੂਪ ਨਾਲ ਉਸ ਸਮੇਂ ਨੂੰ ਦਰਸਾਇਆ ਗਿਆ ਜਦੋਂ ਰਾਜਾ ਸਾਹਿਬ ਆਪਣੇ ਸਿਟੀ ਪੈਲੇਸ ਦੇ ਵਿੱਚ ਐਂਟਰ ਹੋ ਰਹੇ ਸਨ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਜਲ ਮਹਿਲ ਨੂੰ ਦੇਖਣ ਜੀ। ਥੋੜ੍ਹੀ ਜਿਹੀ ਹਿਸਟਰੀ ਦੀ ਵੀ ਇਸ ਦੀ ਗੱਲ ਕਰਦੇ ਹਾਂ ਤਾਂ ਜਲ ਮਹਿਲ ਦਾ ਨਿਰਮਾਣ ਅੰਬੇਰ ਦੇ ਰਾਜਾ
ਨੇ 18ਵੀਂ ਸਦੀ ਵਿੱਚ ਕੀਤਾ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਰਾਜਸਥਾਨ ਵਿੱਚ ਬਹੁਤ ਗਰਮੀ ਪੈਂਦੀ ਹੈ, ਇਸੇ ਲਈ ਰਾਜਾ ਸਾਹਿਬ ਨੇ ਇਸ ਜਲ ਮਹਿਲ ਦਾ ਨਿਰਮਾਣ ਕਰਵਾਇਆ ਸੀ ਤਾਂ ਕਿ ਜਦੋਂ ਵੀ ਹਵਾ ਪਾਣੀ ਨਾਲ ਟਕਰਾਉਂਦੀ ਹੋਈ ਠੰਡੀ ਹੋਈ ਹਵਾ ਮਹਿਲ ਵਿੱਚੋਂ ਲੰਘੇ ਤਾਂ ਉਸ ਠੰਡੀ ਹਵਾ ਨਾਲ ਮਹਿਲ ਵਿੱਚ ਵੀ ਠੰਡਕ ਪੈਦਾ ਹੋ ਸਕੇ। ਇਸ ਮਹਿਲ ਦੀਆਂ 4 ਮੰਜ਼ਿਲਾਂ ਤਾਂ ਹਮੇਸ਼ਾ ਹੀ ਪਾਣੀ ਦੇ ਅੰਦਰ ਡੁੱਬੀਆਂ ਰਹਿੰਦੀਆਂ ਹਨ, ਸਿਰਫ ਇੱਕ ਹੀ ਮੰਜ਼ਿਲ ਸਾਨੂੰ ਦਿਖਾਈ ਦਿੰਦੀ ਹੈ। ਰਾਜਾ ਇਸ ਮਹਿਲ ਦੀ ਵਰਤੋਂ ਆਪਣੀ ਰਾਣੀਆਂ ਨਾਲ ਖਾਸ ਸਮਾਂ ਬਿਤਾਉਣ ਲਈ ਕਰਦੇ ਸਨ। ਉਹ ਇਸ ਜਗ੍ਹਾ ਦੀ ਵਰਤੋਂ ਰਾਜਸੀ ਉਤਸਵ ਨੂੰ ਮਨਾਉਣ ਲਈ ਵੀ ਕਰਦੇ ਸਨ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਜਲ ਮਹਿਲ ਬਣਿਆ ਹੋਇਆ। ਪਹਿਲਾਂ ਆਪਾਂ ਇਸ ਮਹਿਲ ਦੇ ਅੰਦਰ ਜਾ ਸਕਦੇ ਸੀ ਪਰ ਕੁਝ ਕਾਰਨਾਂ ਕਰਕੇ ਇਸ ਮਹਿਲ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈ, ਪਰ ਫਿਰ ਵੀ ਆਪਾਂ ਜਦੋਂ ਬਾਹਰ ਖੜ੍ਹ ਕੇ ਦੇਖਦੇ ਹਾਂ ਦੂਰੋਂ ਖੜ੍ਹ ਕੇ ਦੇਖਦੇ ਹਾਂ ਤਾਂ ਵੀ ਇਹ ਮਹਿਲ ਬਹੁਤ ਸੋਹਣਾ ਲੱਗਦਾ ਜੀ। ਇੱਥੇ ਆਪਾਂ ਫੋਟੋ ਵੀ ਆਪਣੀ ਕਲਿੱਕ ਕਰਵਾ ਸਕਦੇ ਹਾਂ ਜੀ ਇਸ ਜਲ ਮਹਿਲ ਦੇ ਨਾਲ ਜੀ। ਜਲ ਮਹਿਲ ਦੇ ਸਾਹਮਣੇ ਹੀ ਮਾਰਕੀਟ ਬਣੀ ਹੋਈ ਹੈ ਜੀ। ਜੇਕਰ ਆਪਾਂ ਕੁਛ ਖਰੀਦਣਾ ਹੋਵੇ ਕੁਛ ਖਾਣਾ ਹੋਵੇ ਜਿਵੇਂ ਆਪਾਂ ਕੁਲਫੀ ਖਾਣੀ ਹੋਵੇ ਤਾਂ ਖਾ ਸਕਦੇ ਹਾਂ ਕਿਉਂਕਿ ਕਾਫੀ ਗਰਮੀ ਹੈ ਇੱਥੇ। ਜੇਕਰ ਬੱਚਿਆਂ ਲਈ ਕੁਝ ਐਕਟੀਵਿਟੀਜ਼ ਕਰਵਾਉਣੀਆਂ ਹੋਣ ਤਾਂ ਉਹ ਵੀ ਹੋ ਜਾਂਦੀਆਂ ਨੇ। ਜੇਕਰ ਤੁਸੀਂ ਰਾਜਸਥਾਨੀ ਡਰੈਸ ਪਾ ਕੇ ਫੋਟੋ ਕਲਿੱਕ ਕਰਵਾਉਣੀ ਹੋਵੇ ਜਲ ਮਹਿਲ ਦੇ ਨਾਲ ਤਾਂ ਵੀ ਅਸੀਂ ਇਸ ਜਗ੍ਹਾ ਤੋਂ ਕਰਵਾ ਸਕਦੇ ਹੋ। ਜਲ ਮਹਿਲ ਦੇ ਅੰਦਰ ਜਾਣਾ ਅਲਾਊਡ ਨਹੀਂ ਹੈ, ਤੁਸੀਂ ਇੱਥੋਂ ਹੀ ਖੜ੍ਹ ਕੇ ਜਲ ਮਹਿਲ ਨੂੰ ਦੇਖਣਾ ਹੁੰਦਾ। ਵੈਸੇ ਤੁਸੀਂ ਦੇਖ ਸਕਦੇ ਹੋ ਦੂਰੋਂ ਖੜ੍ਹ ਕੇ ਵੀ ਬਹੁਤ ਹੀ ਸੋਹਣੀ ਇਹ ਬਿਲਡਿੰਗ ਬਣਾਈ ਹੋਈ ਹੈ ਜੀ। ਜਲ ਮਹਿਲ ਦੇ ਸਾਹਮਣੇ ਤੁਸੀਂ ਅਗਰ ਨਵੀਂ ਡਿਸ਼ ਟਰਾਈ ਕਰਨੀ ਹੋਵੇ ਤਾਂ ਤੁਸੀਂ ਇੱਥੇ ਟਰਾਈ ਕਰ ਸਕਦੇ ਹੋ ਸਟਾਰ ਫਰੂਟ। 20 ਰੁਪਏ ਦੀ 20 ਰੁਪੀਸ ਦੀ ਪਲੇਟ ਹੈ ਜੀ ਇਹ ਸਟਾਰ ਫਰੂਟ। ਜਲ ਮਹਿਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਈਗ੍ਰੇਟਰੀ ਬਰਡਸ ਆਏ ਹੋਏ ਨੇ। ਲੋਕ ਇਹਨਾਂ ਨੂੰ ਦਾਣੇ ਪਾ ਰਹੇ ਨੇ ਜਲ ਮਹਿਲ ਦੇ ਵਿੱਚ ਹੀ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਤੁਸੀਂ ਰਾਜਸਥਾਨ ਡਰੈਸ ਪਾ ਕੇ ਫੋਟੋ ਕਲਿੱਕ ਕਰਵਾਉਣੀ ਹੋਵੇ ਜਲ ਮਹਿਲ ਦੇ ਨਾਲ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਜਗ੍ਹਾ ਤੋਂ ਜੀ। ਪੰਛੀਆਂ ਨੂੰ ਦਾਣਾ ਪਾਉਣ ਲਈ ਇਹ ਦਾਣਾ ਮਿਲ ਰਿਹਾ ਜੀ ਇਸ ਜਗ੍ਹਾ ਤੇ। ਗਰਮੀ ਕਾਫੀ ਜ਼ਿਆਦਾ ਜੈਪੁਰ ਦੇ ਵਿੱਚ। ਇਹ ਰਾਜਸਥਾਨੀ ਡਰੈਸਿਸ ਨੇ, ਇਹ ਰਾਜਸਥਾਨੀ ਫੁੱਟਵੇਅਰ ਤੁਸੀਂ ਦੇਖ ਸਕਦੇ ਹੋ। ਜੇਕਰ ਤੁਸੀਂ ਜਲ ਮਹਿਲ ਦੇ ਵਿੱਚ ਆਓ ਤਾਂ ਇਹਨਾਂ ਚੀਜ਼ਾਂ ਨੂੰ ਖਰੀਦ ਸਕਦੇ ਹੋ ਜੀ। ਇਹਦੀ ਕੋਸਟ 100 ਰੁਪੀਸ ਹੈ ਪਰ ਪਰਸਨ ਦੀ। ਫਸਟ ਪਹਿਲਾਂ ਤੁਸੀਂ ਡਰੈਸਅਪ ਹੁੰਦੇ ਹੋ, ਫਿਰ ਤੁਹਾਡੀ ਜਲ ਮਹਿਲ ਦੇ ਨਾਲ ਫੋਟੋ ਕਲਿੱਕ ਹੁੰਦੀ ਹੈ ਜੀ। ਆਪਾਂ ਸਭ ਨੇ ਮਿਲ ਕੇ ਜੀ ਪੰਨਾ ਮੀਨਾ ਕੁੰਡ ਅਤੇ ਜਲ ਮਹਿਲ ਨੂੰ ਵਿਜ਼ਿਟ ਕਰ ਲਿਆ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈੱਲ ਆਈਕਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਮਿਲ ਸਕੇ। ਜੇਕਰ ਤੁਹਾਡੀ ਕੋਈ ਸੁਜੈਸ਼ਨ ਹੈ ਜਾਂ ਫਿਰ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜੀ।
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ, ਰਿਸ਼ਤੇਦਾਰਾਂ ਦੇ ਨਾਲ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਸਿਟੀ ਪੈਲਸ ਨੂੰ, ਜਿਸ ਵਿੱਚ ਅੱਜ ਵੀ ਰਾਜੇ ਮਹਾਰਾਜਿਆਂ ਦਾ ਪਰਿਵਾਰ ਰਹਿੰਦਾ ਹੈ ਜੀ। ਇਸ ਲਈ ਸਾਡੇ ਨਾਲ ਪੂਰੀ ਇਸ ਜੈਪੁਰ ਦੀ ਪਲੇਲਿਸਟ ਵਿੱਚ ਬਣੇ ਰਹੋ ਜੀ। It's like every time the conversation changes and I want you right.